ਪੰਜਾਬ ਵਿੱਚ ਕਰੋਨਾ ਅਗਲੇ ਦਿਨੀ ਕੀ ਰੂਪ ਧਾਰੇਗਾ, ਇਹ ਸਾਰਿਆਂ ਲਈ ਚਿੰਤਾ ਦਾ ਵਿਸ਼ਾ। ਅਸੀਂ ਪਹਿਲਾਂ ਤੁਹਾਡੇ ਨਾਲ ਇੱਕ ਸਟੱਡੀ ਰਿਪੋਰਟ ਸਾਂਝੀ ਕੀਤੀ ਸੀ ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀ ਵੀ 10 ਨਵੰਬਰ ਤੋਂ ਲੈ ਕੇ 10 ਦਸੰਬਰ ਤੱਕ ਸੂਬੇ ਵਿੱਚ ਕਰੋਨਾ ਦੇ 21,000 ਨਵੇਂ ਕੇਸ ਆਉਣ ਦੇ ਆਸਾਰ ਨੇ। ਔਰ ਇਹ ਸਟੱਡੀ ਤਕਰੀਬਨ ਠੀਕ ਸਾਬਤ ਹੋਈ ਹੈ ਕਿਉਂਕਿ ਇਸ ਸਟੱਡੀ ਮੁਤਾਬਕ 10 ਦਸੰਬਰ ਤੱਕ ਸੂਬੇ ਵਿੱਚ ਕਰੋਨਾ ਦੇ 1,59,485 ਕੁੱਲ ਕੇਸ ਬਣ ਸਕਦੇ ਸੀ, ਪਰ 10 ਦਸੰਬਰ ਤੱਕ ਕਰੋਨਾ ਦੇ ਪੰਜਾਬ ਵਿੱਚ 1,58,556 ਕੇਸ ਨੇ। ਹੁਣ ਇੱਕ ਨਵੀਂ ਸਟੱਡੀ ਸਾਡੇ ਹੱਥ ਲੱਗੀ ਹੈ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਪੰਜਾਬ ਵਿੱਚ 10 ਜਨਵਰੀ 2021 ਤੱਕ 14,000 ਦੇ ਕਰੀਬ ਨਵੇਂ ਕਰੋਨਾ ਦੇ ਮਰੀਜ਼ ਆਉਣਗੇ। ਇਹ ਤਸੱਲੀ ਵਾਲੀ ਗੱਲ ਹੈ ਕਿਉਂਕਿ ਇਹ ਇੱਕ ਡਰ ਸੀ, ਇੱਕ ਖਤਰਾ ਸੀ ਵੀ ਪੰਜਾਬ ਵਿੱਚ ਕਰੋਨਾ ਦੀ ਦੂਸਰੀ ਲਹਿਰ ਜਿਹੜੀ ਹੈ ਸਰਦੀਆਂ 'ਚ ਚੱਲ ਸਕਦੀ ਹੈ। ਔਰ ਉਸ ਤੋਂ ਵੀ ਇੱਕ ਚੰਗਾ ਸੰਕੇਤ, ਇੱਕ ਸ਼ੁਭ ਖਬਰ ਇਹ ਵੀ ਹੈ ਵੀ ਕਰੋਨਾ ਦੀ ਦਵਾਈ ਕਿਸੇ ਵੇਲੇ ਵੀ ਆਉਣ ਦੀ ਸੰਭਾਵਨਾ ਹੈ। ਔਰ ਜਿਸ ਤੋਂ ਇਹ ਸੰਕੇਤ ਮਿਲਦੇ ਨੇ ਵੀ ਜੇ ਪੰਜਾਬੀ ਪਹਿਲਾਂ ਵਾਂਗ ਨਿਰੰਤਰ ਮਹਾਂਮਾਰੀ ਪ੍ਰੋਟੋਕੋਲ ਜਿਹੜਾ ਉਹਨੂੰ ਲਾਗੂ ਕਰਦੇ ਰਹੇ ਤਾਂ ਸੂਬਾ ਜਲਦ ਹੀ ਕਰੋਨਾ ਤੋਂ ਮੁਕਤ ਹੋ ਸਕਦਾ ਹੈ।